ਨਾਮ ਹੀ ਹੋਣਾ ਮੈਨੂੰ ਮੈਸੇਜ ਲੱਗ ਮੈਂ ਵਧੀਆ ਵਧੀਆ ਤੁਸੀਂ ਸੁਣਾਓ ਖੜਦੀ ਗੱਲ ਇਹ ਹੈ ਨੌਜਵਾਨ ਰਜੇਸ਼ ਪੁਰੀ ਅਤੇ ਇਹ ਹੈ ਕੇਂਦਰੀ ਜੇਲ੍ਹ ਪਟਿਆਲੇ ਦਾ ਹੌਲਦਾਰ ਰੇਸ਼ਮ ਸਿੰਘ। ਹੁਣ ਤੁਸੀਂ ਇਹ ਸੋਚਣ ਲੱਗੇ ਹੋਵੋਗੇ ਕਿ ਅਸੀਂ ਤੁਹਾਨੂੰ ਇਹਨਾਂ ਦੋਵਾਂ ਦੇ ਨਾਂ ਕਿਉਂ ਦੱਸ ਰਹੇ ਹਾਂ, ਤਾਂ ਪਹਿਲਾਂ ਜ਼ਰਾ ਆਹ ਵੀਡੀਓ ਦੇਖ ਲਓ। ਮੈਂ ਕੰਟੀਨ ਤੇ ਕਹਿਣਾ ਉੱਥੇ ਜਮ੍ਹਾਂ ਕਰਾ ਦੇ। ਠੀਕ ਹੈ, ਕਿਹਨੂੰ ਕਹਿਣਾ? ਮੈਂ ਬਾਹਰ ਕੰਟੀਨ ਨਹੀਂ, ਹਾਂਜੀ ਉੱਥੇ ਮੈਂ ਕਹਿ ਦਿੰਦਾ ਮੈਂ ਤੂੰ ਬੈਠ। ਕੁਝ ਮਾਮਲਾ ਤੁਹਾਨੂੰ ਸਮਝ ਆ ਹੀ ਗਿਆ ਹੋਣਾ ਕਿ ਗੱਲਬਾਤ ਪੈਸੇ ਦੇ ਲੈਣ ਦੇਣ ਦੀ ਹੋ ਰਹੀ ਹੈ। ਪਹਿਲੀ ਨਜ਼ਰੇ ਇਹ ਸਭ ਕੁਝ ਆਮ ਦਿਖਾਈ ਦਿੰਦਾ, ਪਰ ਜਨਾਬ ਇਹ ਆਮ ਨਹੀਂ, ਸਗੋਂ ਇਹ ਦ੍ਰਿਸ਼ ਸਟਿੰਗ ਓਪਰੇਸ਼ਨ ਜ਼ਰੀਏ ਕੇਂਦਰੀ ਜੇਲ੍ਹ ਪਟਿਆਲਾ 'ਚੋਂ ਫਿਲਮਾਏ ਗਏ ਨੇ, ਜਿੱਥੇ ਚੱਲ ਰਹੇ ਭ੍ਰਿਸ਼ਟਾਚਾਰ ਅਤੇ ਕੈਦੀਆਂ 'ਤੇ ਹੋ ਰਹੇ ਜ਼ੁਲਮ ਨੂੰ ਇਹ ਵੀਡੀਓ ਖੂਬ ਬਿਆਨ ਕਰ ਰਹੀ ਹੈ। ਅਸਲ 'ਚ ਰਾਜੇਸ਼ ਪੁਰੀ ਨੇ ਕੇਂਦਰੀ ਜੇਲ੍ਹ ਪਟਿਆਲਾ ਦਾ ਇੱਕ ਅਜਿਹਾ ਸਟਿੰਗ ਓਪਰੇਸ਼ਨ ਕਰਨ ਦਾ ਦਾਅਵਾ ਕੀਤਾ ਹੈ, ਜਿਸ 'ਚੋਂ ਉਹ ਉਸ ਥਾਂ 'ਤੇ ਜਾਂਦਾ ਦਿਖਾਈ ਦਿੰਦਾ ਹੈ ਜੇਲ੍ਹ ਦੀ, ਜਿਸ ਥਾਂ 'ਤੇ ਬਾਹਰੋਂ ਕੋਈ ਵੀ ਬੰਦਾ ਨਹੀਂ ਆ ਸਕਦਾ। ਹੋਰ ਤਾਂ ਹੋਰ, ਵੀਡੀਓ 'ਚ ਜੋ ਸ਼ਖਸ ਰੇਸ਼ਮ ਸਿੰਘ ਤੁਹਾਨੂੰ ਦਿਖਾਈ ਦੇ ਰਿਹਾ ਹੈ, ਰਾਜੇਸ਼ ਪੁਰੀ ਦਾ ਦਾਅਵਾ ਹੈ ਕਿ ਇਸ ਦੇ ਜ਼ਰੀਏ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਕੋਲ ਰਿਸ਼ਵਤ ਜਾਂਦੀ ਹੈ, ਅਤੇ ਵੀਡੀਓ 'ਚ ਹੌਲਦਾਰ ਰੇਸ਼ਮ ਸਿੰਘ ਉਸ ਨੂੰ 50,000 ਰੁਪਏ ਕੈਂਟੀਨ 'ਚ ਬੈਠੇ ਕਿਸੇ ਸ਼ਖਸ ਨੂੰ ਫੜਾਉਣ ਦੀ ਗੱਲ ਵੀ ਕਬੂਲ ਰਿਹਾ। ਮਗਰ ਮੁੰਡਾ ਹੈ ਨਹੀਂ ਇੱਥੇ, ਉਹ ਮੈਂ ਧਿਆਨ ਰੱਖਿਓ ਭਰਾ ਦਾ, ਇਹਨਾਂ ਤੇ ਕਰਾ ਦੇਣੀ ਤੇ ਜਮਾ। ਹਾਂਜੀ, ਬਾਹਰ ਕੰਟੀਨ ਨਹੀਂ, ਇੱਥੇ ਬੈਠਾ ਹਰਦੀ। ਕਿੰਨੇ? 50,000 ਰੁਪਏ ਬਸ। ਹੁਣ ਜ਼ਰਾ ਰਾਜੇਸ਼ ਪੁਰੀ ਤੋਂ ਸੁਣੋ, ਉਸਨੇ ਸਟਿੰਗ ਕਿਉਂ ਕੀਤਾ ਅਤੇ ਉਸਦੇ ਰਿਸ਼ਤੇਦਾਰਾਂ ਨਾਲ ਜੇਲ੍ਹ 'ਚ ਕੀ ਹੁੰਦਾ ਹੈ ਜੇਕਰ ਸਮੇਂ ਸਿਰ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਨਹੀਂ ਜਾਂਦੇ। ਸਰ, ਅੰਦਰ ਮੇਰੇ ਜੀਜੇ ਜੀ ਹੁੰਦੇ ਨੇ ਤੇ ਉਹਨਾਂ ਨੂੰ ਹਰ ਮਹੀਨੇ ਦੇ ਪੈਸੇ ਮੰਗੇ ਜਾਂਦੇ ਨੇ ਸੁਪਰੀਡੈਂਟ ਸਰ ਨੇ, ਤੇ ਸਰ ਉਹ ਕਹਿੰਦੇ ਨੇ ਕਿ ਸਾਨੂੰ 1 ਮਹੀਨੇ ਦੇ 1,30,000 ਰੁਪਏ ਚਾਹੀਦਾ 1 ਮਹੀਨੇ ਦਾ, ਤੇ ਸਰ ਉਹਨਾਂ ਨੂੰ ਹਰੇਕ ਫੈਸਿਲਿਟੀ ਦਿੱਤੀ ਜਾਂਦੀ ਹੈ। ਕੌਣ ਪੈਸੇ ਕੌਣ ਮੰਗਦਾ? ਸਰ ਸੁਪਰੀਡੈਂਟ ਸਾਹਿਬ ਨੇ, ਉਹਨਾਂ ਨੇ ਖੁਦ ਮੰਗੇ ਤੁਹਾਡੇ ਤੋਂ? ਜੀ ਸਰ, ਮੇਰੀ ਗੱਲ ਹੋਈ ਹੈ ਉਹਨਾਂ ਨਾਲ ਫੋਨ 'ਤੇ, ਜੋ ਰੇਸ਼ਮ ਸਿੰਘ ਨੇ ਉਹਨਾਂ ਨੇ ਗੱਲ ਕਰਵਾਈ ਮੇਰੇ ਫੋਨ ਤੋਂ, ਆਪਣੇ ਫੋਨ ਤੋਂ ਉਹਨਾਂ ਨੇ ਮੇਰਾ ਨੰਬਰ ਲੈ ਕੇ ਗੱਲ ਕਰਵਾਈ ਹੈ, ਅਤੇ ਉਹਨਾਂ ਨੇ ਡਾਇਰੈਕਟ ਹੀ ਕਿਹਾ ਕਿ ਮੈਨੂੰ 1,30,000 ਰੁਪਏ ਚਾਹੀਦੇ ਨੇ, ਅਤੇ ਸਰ ਉਹਨਾਂ ਨੇ ਕਿਹਾ ਕਿ ਮੈਨੂੰ ਇਵੇਂ ਕਰਕੇ ਪੈਸੇ ਫੜਾਓ, ਅਤੇ ਮੈਂ ਕੱਲ੍ਹ ਪੈਸੇ ਫੜਾ ਕੇ ਆਇਆ ਸਰ, ਮੈਂ ਉਹਦੇ ਲਈ ਵੀਡੀਓ ਬਣਾ ਕੇ ਲੈ ਗਿਆ। ਕਿੰਨੀ ਅਮਾਊਂਟ ਦੇ ਕੇ ਆਇਆ ਉਹਨਾਂ ਨੂੰ? ਸਰ, 50,000 ਰੁਪਏ ਫੜਾ ਕੇ ਆਇਆ ਮੈਂ। ਕਿਹਨੂੰ ਫੜਾ ਕੇ ਆਇਆ? ਸਰ, ਰੇਸ਼ਮ ਸਿੰਘ ਅਨਮੋਲ। ਉਹ ਕੌਣ ਹੈ? ਸਰ, ਉਹਨਾਂ ਦੇ ਨੇ ਜੋ ਡਿਪਟੀ ਸਾਹਿਬ ਦੇ ਗਰਮੈਨ ਨੇ, ਹਾਂ, ਸੁਪਰੀਡ ਸਾਹਿਬ ਦੇ, ਉਹਨਾਂ ਨੂੰ ਫੜਾ ਕੇ ਆਏ? ਜੀ ਸਰ। ਅਤੇ ਕਿੱਦਾਂ ਤੁਸੀਂ ਅੰਦਰ ਗਏ, ਕਿੱਦਾਂ ਵੀਡੀਓਗ੍ਰਾਫੀ ਤੁਸੀਂ ਸ਼ੂਟ ਕੀਤੀ ਹੈ, ਜਿਹੜੀ ਵੀਡੀਓ ਤੁਸੀਂ ਦਿਖਾ ਰਹੇ ਹੋ? ਸਰ, ਉਹ ਤਾਂ ਕੋਮਨ ਜੀ, ਜਦੋਂ ਉਹਨਾਂ ਨੇ ਫੈਸਿਲਿਟੀ ਦਿੱਤੀ ਹੈ ਹਰੇਕ ਚੀਜ਼ ਦੀ, ਅਸਲ ਜਾਣ ਦੀ, ਅਤੇ ਫਿਰ ਤਾਂ ਅਸੀਂ ਸਰ ਕੁਛ ਲੈ ਕੇ ਜਾਵਾਂਗੇ, ਆਪਣਾ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ। ਸਰ, 3 ਬੰਦੇ ਨੇ ਸਾਡੇ ਅੰਦਰ। ਜੀ ਜੀ ਸਰ, ਉਹਨਾਂ ਤਿੰਨਾਂ ਦੇ ਇਕੱਠੇ ਮੰਗੇ 1,30,000। ਅਗਰ ਪੈਸੇ ਨਾ ਦਿੱਤੇ ਜਾਂਦੇ, ਜੇ ਪੈਸੇ ਨਾ ਦਿੱਤੇ ਜਾਂਦੇ ਤੇ ਉਹਨਾਂ ਨੂੰ ਕਹਿੰਦੇ ਨੇ ਕਿਸੇ ਬੋਰਡਰ ਏਰੀਆ 'ਤੇ ਸ਼ਿਫਟ ਕਰ ਦੇਣਗੇ, ਅਤੇ ਆਪਣਾ ਉਹਨਾਂ ਨੂੰ ਰਾਤ ਨੂੰ ਮੈਂਟਲੀ ਟੋਰਚਰ ਕੀਤਾ ਜਾਂਦਾ। ਤੇ ਕਿੰਨੀ ਦੇਰ ਤੋਂ ਇਹ ਸਜ਼ਾ ਕੱਟ ਰਹੇ ਅੰਦਰ? ਸਰ, 4 ਤੋਂ 5 ਸਾਲ ਹੋ ਗਏ ਨੇ ਉਹਨਾਂ ਨੂੰ। ਠੀਕ ਹੈ, ਤੇ ਇਹ ਕਿੰਨੀ ਦੇਰ ਤੋਂ ਚੱਲ ਰਿਹਾ ਇਹ ਜਿਹੜਾ ਪੈਸੇ ਲੈਣ ਦੇਣ ਦਾ ਸਿਲਸਿਲਾ?
ਸਰ ਜਦੋਂ ਨਵੇਂ ਸੁਪਰਡੈਂਟ ਸਾਹਿਬ ਆਏ ਨੇ ਤਕਰੀਬਨ ਜਦ ਤੋਂ ਚੱਲ ਰਿਹਾ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਸਰ ਅਸੀਂ ਤਾਂ ਕਹਿੰਦੇ ਹਾਂ ਸਖ਼ਤ ਤੋਂ ਸਖ਼ਤ ਕਾਰਵਾਈ ਹੋਏ। ਹੁਣ ਤੁਹਾਨੂੰ ਐਂ ਨਹੀਂ ਲੱਗਦਾ ਵੀ ਤੁਸੀਂ ਇਸ ਤਰ੍ਹਾਂ ਵੀਡੀਓ ਬਣਾ ਕੇ ਇੱਦਾਂ ਮੀਡੀਆ 'ਚ ਨਸ਼ਰ ਕਰ ਰਹੇ ਹੋ ਅਤੇ ਉੱਥੇ ਉਹਨਾਂ ਨੂੰ ਪਰੇਸ਼ਾਨ ਜਾਂ ਤੰਗ ਕੀਤਾ ਜਾਊਗਾ? ਸਰ ਪਰੇਸ਼ਾਨ ਤਾਂ ਸਾਨੂੰ ਕੀਤਾ ਜਾਏਗਾ ਨਾ ਜੀ, ਸਾਨੂੰ ਕਰ ਰਹੇ ਨੇ। ਉਹੀ ਗੱਲ ਕਰ ਰਹੇ ਵੀ ਜਿਹੜੇ ਤੁਹਾਡੇ ਰਿਲੇਟਿਵ ਕਹਿੰਦੇ ਅੰਦਰ ਬੰਦਾ, ਸਰ ਉਹਨਾਂ ਨੂੰ ਪਰੇਸ਼ਾਨ ਕਰਿਆ ਜਾ ਰਿਹਾ, ਸਾਨੂੰ ਵੀ ਪਰੇਸ਼ਾਨ ਕਰਦੇ ਨੇ ਬਾਹਰ ਜੀ, ਕਾਲ ਕਰਦੇ ਨੇ ਕਿ ਸਾਨੂੰ ਆਹ ਚਾਹੀਦਾ, ਸਾਨੂੰ ਇੰਨੇ ਪੈਸੇ ਚਾਹੀਦੇ ਨੇ। ਸਰ ਇੱਕਦਮ ਗਰੀਬ ਬੰਦਾ ਪੈਸੇ ਲੈ ਕੇ ਕਿੱਥੋਂ ਆਏਗਾ? ਕੀ ਚਾਹੁੰਦੇ ਤੁਸੀਂ, ਕੀ ਮੰਗ ਕਰਦੇ, ਕੀ ਹੋਣਾ ਚਾਹੀਦਾ? ਆਹ ਕੰਮ ਬੰਦ ਹੋ ਜਾਏ। ਇਸ ਦੇ ਨਾਲ ਹੀ ਰਾਜੇਸ਼ ਪੁਰੀ ਦੇ ਵਕੀਲ ਨੇ ਕਿਹਾ ਕਿ ਉਸਨੇ ਪੂਰੇ ਮਾਮਲੇ ਦੀ ਸ਼ਿਕਾਇਤ ਹੁਣ ਮੁੱਖ ਮੰਤਰੀ ਪੱਧਰ ਤੋਂ ਲੈ ਕੇ ਮਨੁੱਖੀ ਅਧਿਕਾਰ ਸੰਸਥਾਵਾਂ ਕੋਲ ਕਰ ਦਿੱਤੀ ਹੈ। ਇਹ ਅੱਜ ਇੱਕ ਵੀਡੀਓ ਲੈ ਕੇ ਆਏ ਜੀ, ਇਹ ਕਹਿੰਦੇ ਆ ਕਿ ਜੇਲ੍ਹ ਵਾਲੇ ਇਹਨਾਂ ਤੋਂ ਪੈਸੇ ਮੰਗਦੇ ਹੈ। ਜੇਲ੍ਹ ਸੁਪਰਡੈਂਟ SP ਖੰਨਾ ਜੀ ਹੈ ਕੋਈ, ਤੇ ਉਹਨਾਂ ਦਾ ਕੋਈ ਗਨਮੈਨ ਹੈ ਰੇਸ਼ਮ ਸਿੰਘ, ਉਹ ਕਹਿੰਦੇ ਆ ਵੀ ਸਾਨੂੰ ਪੈਸੇ ਦਿਓ, ਜੇ ਤੁਸੀਂ ਪੈਸੇ ਨਹੀਂ ਦਿੰਦੇ ਤਾਂ ਅਸੀਂ ਤੁਹਾਡੇ ਬੰਦਿਆਂ ਨੂੰ ਬੋਰਡਰ ਏਰੀਏ 'ਚ ਸ਼ਿਫਟ ਕਰ ਦਾਂਗੇ, ਜਾਂ ਕੋਈ ਝੂਠਾ ਕੇਸ ਪਾ ਕੇ ਫਸਾ ਦਾਂਗੇ, ਜਾਂ ਤੰਗ ਪਰੇਸ਼ਾਨ ਕਰਦੇ ਹਾਂ ਵੀ ਰਾਤ ਨੂੰ ਕਈ ਵਾਰ ਕਹਿੰਦੇ 2-2 ਵਜੇ ਆ ਕੇ ਬੈਰਕ ਵਿੱਚੋਂ ਬਾਹਰ ਕੱਢ ਲੈਂਦੇ ਹਾਂ। 7 ਨੰਬਰ ਬੈਰਕ ਦੇ ਵਿੱਚ ਲੋਜ ਨੇ 3 ਬੰਦੇ, ਬੈਰਕ ਦੇ ਵਿੱਚੋਂ ਬਾਹਰ ਕੱਢ ਕੇ ਰਾਤ ਨੂੰ ਠੰਡ ਦੇ ਵਿੱਚ 2-2 ਵਜੇ ਘੰਟਾ 2-2 ਘੰਟੇ ਖੜਾਇਆ ਜਾਂਦਾ ਇਹਨਾਂ ਨੂੰ, ਮਤਲਬ ਮੈਂਟਲੀ ਟੋਰਚਰ ਕਰਿਆ ਜਾ ਰਿਹਾ ਅੰਦਰ ਇਹਨਾਂ ਨੂੰ। ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਇਹ ਵੀਡੀਓ ਲੜਕਾ ਚੱਕੀ ਫਿਰ ਰਿਹਾ ਰਾਜੇਸ਼ ਪੁਰੀ, ਉਸ ਵੀਡੀਓ ਦੇ ਵਿੱਚ ਡਿਊਟੀ ਦਿਖ ਰਹੀ ਹੈ। ਡਿਊਟੀ ਦੇ ਅੰਦਰ ਦੇਖੋ ਜੇਲ੍ਹ ਬ੍ਰੇਕ ਕਾਂਡ ਵੀ ਹੋਇਆ ਪਿੱਛੇ ਨੂੰ, ਆਮ ਬੰਦੇ ਨੂੰ ਤਾਂ ਉੱਥੇ ਜਾਣ ਦੀ ਇਜਾਜ਼ਤ ਹੀ ਨਹੀਂ ਹੈ। ਇਹ ਬੰਦਾ ਕੈਮਰਾ ਲੈ ਕੇ ਉੱਥੇ ਡਿਊਟੀ ਦੇ ਵਿੱਚ ਦੇਖੋ ਕਿਵੇਂ ਪਹੁੰਚ ਗਿਆ, ਔਰ ਸਾਰੀ ਵੀਡੀਓ ਬਣਾ ਕੇ ਰੇਸ਼ਮ ਸਿੰਘ ਇਸ ਨਾਲ ਗੱਲ ਕਰ ਰਿਹਾ ਵੀ 50,000 ਰੁਪਇਆ ਬਾਹਰ ਕੰਟੀਨ ਵਾਲੇ ਨੂੰ ਫੜਾ ਦਿਓ, ਜਿਹੜੀ ਇਹ ਵੀਡੀਓ ਚੱਕੀ ਫਿਰ ਰਿਹਾ ਲੜਕਾ। ਇਸ ਕਰਕੇ ਅੱਜ ਅਸੀਂ ਰੀਪ੍ਰਜੈਂਟੇਸ਼ਨ ਮੂਵ ਕਰੀ ਹੈ, DGP ਪੰਜਾਬ ਨੂੰ ਕਰੀ ਹੈ, ਹਿਊਮਨ ਰਾਈਟਸ ਕਮਿਸ਼ਨ ਨੂੰ ਵੀ ਅਸੀਂ ਰੀਪ੍ਰਜੈਂਟੇਸ਼ਨ ਮੂਵ ਕਰੀ ਹੈ, ਮੁੱਖ ਮੰਤਰੀ ਪੰਜਾਬ ਨੂੰ ਕਰੀ ਹੈ, ਜੇਲ੍ਹ ਮੰਤਰੀ ਨੂੰ ਕਰੀ ਹੈ ਵੀ ਇਹਨਾਂ ਦੇ ਸਟ੍ਰਿਕਟ ਐਕਸ਼ਨ ਲਿਆ ਜਾਵੇ, ਵੀ ਇਹ ਪੈਸੇ ਕਰਕੇ ਕਿਵੇਂ ਆਮ ਜਨਤਾ ਜਿਹੜੀ ਅੰਦਰ ਬੰਦ ਹੈ ਉਹਨਾਂ ਨੂੰ ਕਿੰਨਾ ਤੰਗ ਪਰੇਸ਼ਾਨ ਕਰ ਰਹੇ ਹੈਗੇ। ਪਰ ਉਧਰ ਜਦੋਂ ਪੂਰੇ ਮਾਮਲੇ ਬਾਰੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ SP ਖੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਉਹਨਾਂ ਨੇ ਵੀਡੀਓ 'ਤੇ ਹੀ ਸਵਾਲ ਖੜੇ ਕਰ ਦਿੱਤੇ ਅਤੇ ਫਿਰ ਕਿਹਾ ਕਿ ਵੀਡੀਓ 'ਚ ਚੱਲਦੇ ਸਮੇਂ ਨੂੰ ਆਪਣੀ ਜੇਲ੍ਹ ਦੀ CCTV ਵੀਡੀਓਜ਼ ਨਾਲ ਮਿਲਾ ਕੇ ਦੇਖਣਗੇ, ਜੇਕਰ ਵੀਡੀਓ ਮੈਚ ਹੋ ਜਾਂਦੀ ਹੈ ਤਾਂ ਹੌਲਦਾਰ ਰੇਸ਼ਮ ਸਿੰਘ ਖਿਲਾਫ਼ ਖੁਦ ਕਾਰਵਾਈ ਕਰਨਗੇ। ਨਾਲ ਹੀ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਜਿਹੜੇ ਵੀ ਕੈਦੀਆਂ ਕੋਲੋਂ ਕੋਈ ਅਧਿਕਾਰੀ ਪੈਸੇ ਦੀ ਮੰਗ ਕਰਦਾ ਤਾਂ ਆ ਕੇ ਉਹਨਾਂ ਨੂੰ ਮਿਲਣ। ਖੰਨਾ ਸਾਹਿਬ, ਇੱਕ ਸਟਿੰਗ ਆਪਰੇਸ਼ਨ ਸਾਹਮਣੇ ਆਇਆ ਜੀ, ਜਿਹਦੇ ਵਿੱਚ ਤੁਹਾਡੇ ਨਾਮ ਦੇ ਉੱਤੇ ਇੱਕ ਹੌਲਦਾਰ ਰੇਸ਼ਮ ਸਿੰਘ ਪੈਸੇ ਮੰਗ ਰਿਹਾ 1,30,000 ਰੁਪਇਆ। ਮੈਂ ਕਰਤਾ ਜੀ ਆਪਣਾ ਉਹਦੇ ਵਿੱਚ ਨਾ ਇਸ ਤਰ੍ਹਾਂ ਹੈਗਾ ਜੀ ਜੀ, ਤੁਸੀਂ ਕਿਹੜੇ ਚੈਨਲ ਤੋਂ ਬੋਲ ਰਹੇ ਹੋ? ਮੈਂ ਮੇਰੇ ਕੋਲ ਹਕੀਕਤ TV ਪੰਜਾਬੀ ਦਾ ਮੈਂ ਮੇਨ ਐਡੀਟਰ। ਜਿਹੜਾ ਨਾ ਇਹ ਮਾਮਲਾ ਹੈਗਾ ਜੀ, ਇਹ ਮੈਨੂੰ ਤਾਂ ਤਕਰੀਬਨ ਇੱਥੇ 1 ਮਹੀਨਾ 20 ਦਿਨ ਹੋਏ ਲਿਆ ਇਹਨੂੰ ਜੀ ਸਰ। ਤੇ ਨੰਬਰ 2 ਤੇ ਜਿਹੜਾ ਇਹ ਮਾਮਲਾ ਹੈਗਾ ਇਹ ਵਿੱਚ ਤੁਹਾਨੂੰ ਪਤਾ ਹੀ ਹੈ ਇੱਥੇ ਮੈਂ ਕਿੰਨੀ ਸਖਤੀ ਕਰੀ ਹੈ ਜੀ ਜੀ, ਠੀਕ ਹੈ ਨਾ ਜੀ। ਬਹੁਤ ਮੋਬਾਈਲ ਫੜੇ ਆ, ਬਹੁਤ ਨਸ਼ਾ ਫੜਿਆ, ਹੋਰ ਵੀ ਚੀਜ਼ਾਂ ਫੜੀਆਂ, ਜਿਹੜੇ ਚੀਜ਼ਾਂ ਚੱਲ ਰਹੀਆਂ ਜਿਵੇਂ ਕੋਈ ਤੁਹਾਡੇ ਇੰਡਕਸ਼ਨ ਚੁੱਲ੍ਹੇ ਵੀ ਫੜੇ ਨੇ, ਹੋਰ ਵੀ ਫੜਿਆ, ਸਾਰਾ ਕੁਝ ਫੜਿਆ ਜੀ ਜੀ। ਪਤਾ ਕੀ ਗੱਲ ਹੈ, ਉਹਨਾਂ 'ਚ ਜੋ ਮੈਂ ਅਸੈਸ ਕੀਤਾ ਹੈ, ਪਹਿਲਾਂ ਤਾਂ ਮੈਂ ਅਸੈਸਮੈਂਟ ਤੁਹਾਨੂੰ ਦੱਸ ਦਿੰਦਾ ਜੀ ਸਰ। ਅਸੈਸਮੈਂਟ ਜੋ ਕੀਤਾ ਹੈਗਾ ਉਹ ਇਹ ਹੈਗਾ ਵੀ ਜਦੋਂ ਕੋਈ ਨਾ ਤੁਸੀਂ ਡਿਸਿਪਲਿਨ 'ਚ ਕੰਮ ਚਲਾਓਗੇ ਜੀ ਜੀ, ਫਿਰ ਜਿਹੜੇ ਚੈਲੰਜਸ ਨੇ ਉਹ ਆਉਂਦੇ ਆ ਸਾਹਮਣੇ ਜੀ ਸਰ, ਠੀਕ ਹੈ ਨਾ ਜੀ ਜੀ ਸਰ। ਅੱਛਾ, ਹੁਣ ਮੈਂ ਐਜ਼ ਪਰ ਰੂਲਸ ਹੀ ਕੰਮ ਕਰ ਰਿਹਾ ਸਾਰਾ ਜੀ ਸਰ, ਠੀਕ ਹੈ ਨਾ ਜੀ। ਅੱਛਾ, ਉਹ ਤਾਂ ਸਾਡਾ ਇੱਕ ਪੋਜ਼ਿਟਿਵ ਸਾਈਨ ਹੈ। ਸੈਕੰਡਲੀ ਮੈਂ ਮੈਡੀਕਲ ਕਮੇਟੀਆਂ ਬਣਾਤੀਆਂ ਅੰਦਰ ਜੀ ਸਰ ਜੀ। ਅੱਛਾ, ਫਿਰ ਉਸ ਤੋਂ ਬਾਅਦ ਐਡਮਿਨਿਸਟ੍ਰੇਟਿਵ ਕਮੇਟੀ ਬਣਾਈ ਹੈ, ਪ੍ਰਬੰਧਕੀ ਕਮੇਟੀ, ਫਿਰ ਉਸ ਤੋਂ ਬਾਅਦ ਖਾਣੇ ਦੀ ਕਮੇਟੀ ਬਣਾਤੀ ਜੀ ਜੀ ਜੀ।
ਫਿਰ ਉਸ ਤੋਂ ਬਾਅਦ ਅਸੀਂ ਖੇਡਾਂ ਦੀ ਕਮੇਟੀ ਬਣਾਤੀ, ਬੜੀਆਂ ਅੱਛੀਆਂ ਕਮੇਟੀਆਂ ਕੰਮ ਕਰ ਰਹੀਆਂ। ਪਿਛਲੇ ਸਾਡੇ 10 ਦਿਨ ਚ ਮੇਰੇ ਖਿਆਲ ਨਿਊਜ਼ ਵੀ ਕਾਫੀ ਬੜੀ ਵਧੀਆ ਲੱਗੀ ਸੀ। ਜੀ ਸਰ, ਤੁਸੀਂ ਦੈਨਿਕ ਭਾਸਕਰ ਚ ਪੜਿਆ ਹੋਣਾ ਤੇ ਉਹ, ਆਈ ਐਮ ਡੂਇੰਗ ਬੈਸਟ ਟੂ ਬੈਸਟ ਐਫਰਟ ਫਾਰ ਦੇਅਰ ਸੇਫ ਐਂਡ ਸਿਕਿਓਰ ਕਸਟਡੀ ਆਫ ਦਾ ਇਨਮੇਟਸ ਐਂਡ ਬੈਸਟ ਐਫਰਟ ਫਾਰ ਗੁੱਡ ਸਿਟੀਜ਼ਨ ਹਰ ਬੰਦਾ ਚ ਬਣ ਕੇ ਜਾਵੇ। ਜੀ ਸਰ, ਠੀਕ ਹੈ ਨਾ ਜੀ। ਬਾਕੀ ਰਹੀ ਗੱਲ ਜਿਹੜੇ ਰੇਸ਼ਮ ਸਿੰਘ ਵਾਲੀ ਗੱਲ ਹੈਗੀ ਹੈ, ਇਹਨਾਂ ਨੇ ਕੋਈ ਵੀਡੀਓ ਵਾਇਰਲ ਹੋਈ ਹੈ ਜੀ ਜੀ, ਹਾਂਜੀ ਉਹ ਮੈਂ ਵੀ ਦੇਖੀ ਹੈ ਹੁਣ ਸਾਰੀ ਜੀ ਜੀ। ਉਹਦੇ ਵਿੱਚ ਇਹ ਜਿਹੜੀ ਹੈਗੀ ਹੈ ਇਹ ਗੱਲ ਕਰ ਰਿਹਾ, ਉਹ ਕਹਿੰਦਾ ਜਿਹੜਾ ਹੈਗਾ ਪੈਸੇ ਦਾ ਕੁਛ ਹੋਰ, ਮੈਂ ਉਹ ਚੀਜ਼ ਚੈੱਕ ਕਰ ਰਿਹਾ ਵੀ ਉਹਦੇ ਚ ਜਿਹੜਾ ਹੈਗਾ ਇਹਦੇ ਕੋਈ ਪੈਸਾ ਲਿੱਤਾ ਉਤੋਂ ਐਸਾ ਕੁਛ, ਹਾਂਜੀ। ਔਰ ਜੇ ਐਸਾ ਉਹਦੇ ਚ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਹਦੇ ਵਿੱਚ ਕੋਈ ਐਸੀ ਗੱਲ ਆਏਗੀ ਸਾਹਮਣੇ, ਕੋਈ ਪੈਸੇ ਦੇ ਜੇਬ ਚ ਪਾਏ ਜਾਂ ਕੁਛ ਕਰੇ ਜੀ, ਅੱਛਾ ਨੰਬਰ ਦੋ ਤੇ ਜੇ ਟਾਕ ਵੀ ਕਰ ਰਿਹਾ ਇਹਦੀ ਵਾਇਸ ਉਹਦੇ ਨਾਲ ਰਿਕਾਰਡ ਕਰਕੇ ਪ੍ਰੋਪਰਲੀ ਸਾਰਾ ਚੈੱਕ ਕਰ ਲਿਆ, ਹਰ ਐਂਗਲ ਤੋਂ ਚੈੱਕ ਕਰਕੇ ਇਹਦੇ ਖਿਲਾਫ਼ ਅਸੀਂ ਜਿਹੜੀ ਹੈ ਕਾਨੂੰਨ ਅਨੁਸਾਰ ਸਾਰੀ ਕਾਰਵਾਈ ਮੈਂ ਕਰਾਂਗਾ। ਪਰ ਤੁਸੀਂ ਇਸ ਚੀਜ਼ ਤੋਂ ਇਨਕਾਰ ਕਰਦੇ ਹੋ ਵੀ ਤੁਹਾਡੇ ਕਹਿਣ ਦੇ ਉੱਤੇ ਉਹਨੇ ਪੈਸੇ ਮੰਗੇ ਨੇ? ਹਾਂਜੀ, ਮੈਂ ਕਹਿ ਰਿਹਾ ਵੀ ਤੁਸੀਂ ਇਸ ਚੀਜ਼ ਤੋਂ ਇਨਕਾਰ ਕਰਦੇ ਹੋ ਵੀ ਇਹ ਤੁਹਾਡੇ ਤੋਂ ਤੁਹਾਡੇ ਕਹਿਣ ਦੇ ਉੱਤੇ ਉਹ ਪੈਸੇ ਮੰਗੇ ਗਏ ਨੇ, ਵੀ ਇਹ ਤੁਹਾਡੇ ਤੋਂ ਤੁਹਾਡੇ ਨਾਮ ਤੇ ਪੈਸੇ ਲੈ ਰਿਹਾ ਸੀ, ਤੁਸੀਂ ਇਹ ਕਹਿਣਾ ਚਾਹੁੰਦੇ? ਮੈਂ ਦੱਸ ਰਿਹਾ ਨਾ ਜੀ ਮੇਰੀ ਗੱਲ ਸਾਰੇ, ਉਹਦੇ ਚ ਇਹ ਹੈਗਾ ਮੈਂ ਕਿਸੇ ਦਾ ਦੁਆਰਾ ਦੱਸਿਓ ਕੀ ਕੁਛ ਨਾ ਤੁਹਾਡਾ, ਮੇਰੀ ਬੇਨਤੀ ਹੈ ਕਿ ਤੁਸੀਂ ਇਸ ਗੱਲ ਤੋਂ ਇਨਕਾਰ ਕਰਦੇ ਹੋ ਵੀ ਜਿਹੜਾ ਵੀਡੀਓ ਚੋਂ ਪੈਸੇ ਮੰਗਣ ਦੀ ਗੱਲ ਕਰਿਆ ਵੀ ਉਹ ਤੁਹਾਡੇ ਕਹਿਣ ਤੋਂ ਬਿਨਾਂ ਮੰਗ ਰਿਹਾ ਆਪਣੇ ਆਪ ਹੀ ਆਪ ਹੀ? ਪੈਸੇ ਮੰਗਦਾ ਉਹ ਤੁਹਾਡੇ ਨਾਮ ਦੇ ਉੱਤੇ, ਇਹ ਤੁਹਾਡੀ ਨੌਲੇਜ ਤੋਂ ਬਾਹਰ ਹੈ ਜੀ ਸਾਰੀ ਚੀਜ਼? ਇਹ ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਜੀ, ਜੀ ਮੈਂ ਦੱਸ ਰਿਹਾ। ਹਾਂਜੀ ਹਾਂਜੀ, ਇਸ ਗੱਲ ਦਾ ਤਾਂ ਬਿਲਕੁਲ ਹੀ ਨਹੀਂ ਪਤਾ। ਮੈਂ ਤਾਂ ਇਹ ਵੀ ਰਿਕੁਐਸਟ ਕਰਾਂਗਾ ਜਿਹੜੇ ਉਹਦੇ ਪੇਰੈਂਟਸ ਨੇ ਕੋਈ ਐਲੀਗੇਸ਼ਨ ਲਗਾ ਰਹੇ ਨੇ, ਉਹ ਦੇ ਸ਼ੁਡ ਕਮ ਇਨ ਮਾਈ ਆਫਿਸ ਔਨ ਟੁਮਾਰੋ, ਓਕੇ, ਕੱਲ ਆ ਜਾ ਜੀ, ਕੱਲ ਮੈਂ ਉਹਨਾਂ ਦੀ ਗੱਲ ਧਿਆਨ ਨਾਲ ਗੱਲ ਸੁਣ ਕੇ ਤੇ ਪ੍ਰੋਪਰਲੀ ਸਾਰੀ ਕਾਰਵਾਈ ਕਰਕੇ ਉਹਨਾਂ ਨੂੰ ਪ੍ਰੋਪਰ ਜਸਟਿਸ ਦੇਵਾਂਗੇ ਜੀ। ਤੇ ਠੀਕ ਹੈ ਨਾ, ਜੇਕਰ ਇਹ ਸਾਫ ਹੁੰਦਾ ਕਿ ਉਹਨੇ ਰੇਸ਼ਮ ਸਿੰਘ ਨੇ ਤੁਹਾਡੇ ਨਾਮ ਤੇ ਪੈਸੇ ਦੇ ਮੰਗੇ ਨੇ, ਦੈਨ ਤੁਹਾਡਾ ਕੀ ਅੱਗੇ ਐਕਸ਼ਨ ਹੋਏਗਾ? ਫਿਰ ਤਾਂ ਤੁਹਾਨੂੰ ਪਤਾ ਹੀ ਹੈ ਐਕਸ਼ਨ ਰੂਲ ਅਨੁਸਾਰ ਜੋ ਸਾਡਾ ਫਿਲਹਾਲ ਇਹ ਸਟਿੰਗ ਓਪਰੇਸ਼ਨ ਠੀਕ ਹੈ ਜਾਂ ਨਹੀਂ ਇਸ ਦੀ ਪੁਸ਼ਟੀ ਹਕੀਕਤ ਟੀਵੀ ਪੰਜਾਬੀ ਨਹੀਂ ਕਰਦਾ, ਪਰ ਜੇਕਰ ਵੀਡੀਓ ਚ ਦਿਖਾਈ ਦੇ ਰਹੇ ਦ੍ਰਿਸ਼ ਠੀਕ ਨੇ ਤਾਂ ਫਿਰ ਇਹ ਸਾਡੇ ਜੇਲ੍ਹ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰਦੇ ਨੇ, ਤੇ ਅਸੀਂ ਅਜਿਹੀਆਂ ਜੇਲ੍ਹਾਂ ਚ ਆਸ ਨਹੀਂ ਕਰ ਸਕਦੇ ਕਿ ਇੱਥੋਂ ਇਨਸਾਨ ਵਧੀਆ ਤੇ ਨੇਕ ਸੋਚ ਲੈ ਕੇ ਨਿਕਲਣਗੇ, ਕਿਉਂਕਿ ਜੋ ਵੇਲਾ ਉਹਨਾਂ ਦੇ ਸੁਧਰਨ ਦਾ ਹੁੰਦਾ ਹੈ ਉਸ ਵੇਲੇ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੀਹੇ ਦੇ ਕੇ ਸਿਸਟਮ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ ਪੰਜਾਬੀ।